ਜੀ ਅਸਲਾਮ ਵਾਲੇਕਮ ਸਭ ਦਾ ਵੈਲਕਮ ਇੱਕ ਨਵੀਂ ਸ਼ਾਰਟੀ ਵੀਡੀਓ ਦੇ ਨਾਲ ਇੱਕ ਸਵਾਲ ਆਇਆ ਸੀ ਕਮੈਂਟ ਸੈਕਸ਼ਨ 'ਚ ਹੈ ਕਿ ਜਿਹੜੇ ਵੀ ਲੋਕ ਨਵੇਂ ਇਲੀਗਲ ਆਉਂਦੇ ਨੇ ਸਪੈਨ ਦੇ ਵਿੱਚ ਹੈ ਔਰ ਉਹਨਾਂ ਵਿੱਚ ਸਭ ਤੋਂ ਵੱਡਾ ਮੇਨ ਇਸ਼ੂ ਜਿਹੜਾ ਬੰਦਾ ਹੈ ਉਹ ਪਦਰੋਨ ਦਾ ਹੁੰਦਾ ਹੈ ਕਿ ਪਦਰੋਨ ਅਸੀਂ ਇਮਪੋਰਨਮਿਐਂਟੋ ਕਿੱਥੇ ਕਰਵਾਈਏ ਹੈ ਕਿਉਂਕਿ ਹੁਣ ਪਦਰੋਨ ਦੇ ਮਸਾਇਲ ਦੀ وجہ ਤੋਂ ਲੋਕੀ ਜਿਹੜੇ ਨੇ ਰੈਡ ਕਰਾਸ ਦੀ ਆਪਸ਼ਨ ਵੱਲ ਜਾ ਰਹੇ ਨੇ ਜਿਹਨੂੰ ਸਪੈਨਿਸ਼ 'ਚ ਕਰੋਸ ਰੋਖਾ ਕਹਿੰਦੇ ਨੇ ਹੈ ਤੇ ਉਹ ਇੱਕ ਬਾਈ ਦਾ ਸਵਾਲ ਸੀ ਕਿ ਕਿਹੜੀ ਪਦਰੋਂਾਂ ਮੈਨ ਤੋਂ ਬੈਸਟ ਹੁੰਦੀ ਹੈ ਰੈੱਡ ਕਰਾਸ ਦੀ ਬੈਸਟ ਹੁੰਦੀ ਹੈ ਕਿ ਜਾਂ ਆਮ ਕਰਾਈ ਦੀ ਹੁੰਦੀ ਹੈ ਰੈੱਡ ਕਰਾਸ ਜਿਹੜੀ ਹੈ ਇਹਨਾਂ ਦਾ ਇੱਕ ਦਾਰਾ ਹੈ ਜਿਹੜਾ ਸਪੋਰਟ ਕਰਦਾ ਹੈ ਜਿਹੜੇ ਲੋਕਾਂ ਨੂੰ ਉਸ ਦੀ ਜ਼ਰੂਰਤ ਮੰਦ ਲੋਕ ਹੁੰਦੇ ਨੇ ਉਸ ਨੂੰ ਸਪੋਰਟ ਕਰਦਾ ਠੀਕ ਹੈ ਜੀ ਇਹ ਓਵਰਆਲ ਇੰਟਰਨੈਸ਼ਨਲ ਦਾਰਾ ਹੈ ਇਹਦੇ ਵਿੱਚ ਕੀ ਪ੍ਰੋਸੀਜਰ ਪਹਿਲੇ ਉਸ ਨੂੰ ਥੋੜਾ ਜਿਹਾ ਸਮਝ ਲੈਂਦੇ ਆ ਠੀਕ ਹੈ ਜੀ ਰੈਡ ਕਰਾਸ ਜਿਹੜਾ ਪਤ ਰਹੋਣਾ ਮੈਨ ਤੋਂ ਉਹਨਾਂ ਬੰਦਿਆਂ ਦੀ ਕਰਦਾ ਹੈ ਜਿੰਨਾ ਕਾਨੂੰਨੀ ਤੌਰ ਤੇ ਜਿਨ੍ਹਾਂ ਦੇ ਕੋਲੇ ਛੱਤ ਨਹੀਂ ਹੁੰਦਾ ਬਾਹਰ ਰਹਿ ਰਹੇ ਹੁੰਦੇ ਨੇ ਜਾਂ ਕਿਸੇ ਕਾਰਵਾਨਾ ਚ ਰਹਿ ਰਹੇ ਹੁੰਦੇ ਨੇ ਜਾਂ ਕਿਸੇ پارک ਚ ਰਹਿ ਰਹੇ ਹੁੰਦੇ ਨੇ ਉਹਨਾਂ ਕੋਲ ਇਸ ਘਰ ਨਹੀਂ ਹੁੰਦਾ ਨਾ ਬੇਸਿਕਲੀ ਇਸ ਵਾਸਤੇ ਫਿਰ ਉਹ ਰੈੱਡ ਕਰਾਸ ਦੇ ਵਿੱਚ ਪਦਰਨਾਮ ਨਿਤਾ ਕਰਨੇ ਕਿਉਂਕਿ ਸਪੇਨ ਦੇ ਚ ਜਦੋਂ ਵੀ ਤੁਸੀਂ ਕੋਈ ਵੀ ਪ੍ਰੋਸੈਸ ਕਰਤੇ ਹੋ ਕਿਸੇ ਵੀ ਕਿਸਮ ਦਾ ਕਿਸੇ ਵੀ ਧਾਰ ਦੇ ਤਾਂ ਉਹਦੇ ਵਿੱਚ ਪਦਰਨਾਮ ਨਿਤਾ ਜ਼ਰੂਰੀ ਹੁੰਦੀ ਹੈ ਤੇ ਉਹਦੇ ਵਿੱਚ ਫਿਰ ਇਹ ਤੁਹਾਨੂੰ ਜ਼ਰੂਰੀ ਹੁੰਦਾ ਹੈ ਕਿ ਦੇਣਾ ਕਿ ਕੋਈ ਨਾ ਕੋਈ ਐਡਰੈਸ ਦੇਣਾ ਪੈਂਦਾ ਕਿ ਮੈਂ ਫਲਾਂ ਐਡਰੈਸ ਤੇ ਮੇਰਾ ਕੋਈ ਵੀ ਅਗਰ ਡਾਕੂਮੈਂਟ ਸਾਬਿਤ ਮੇਰਾ ਕੋਈ ਫੈਮਿਲੀ ਹੈ ਫੈਮਿਲੀ ਬੰਦਾ ਰਹਿ ਰਿਹਾ ਕੋਈ ਇੱਕ ਦੋਸਤ ਰਹਿ ਰਿਹਾ ਚਲੋ ਉਸ ਦਾ ਐਡਰੈਸ ਤੇ ਤੁਸੀਂ ਮੇਰਾ ਇਹ ਕੋਈ ਵੀ ਕੋਈ ਨੋਟੀਫਿਕੇਸ਼ਨ ਹੋਵੇ ਤਾਂ ਉਸਤੇ ਪੇਡ ਹੋਵੇ ਠੀਕ ਹੈ ਬਹੁਤ ਇੰਪੋਰਟੈਂਟ ਚੀਜ਼ ਹੈ ਇਹ ਜ਼ਿੰਦ ਰੱਖਣੀ ਚਾਹੀਦੀ ਹੈ ਇਹ ਹਰ ਸ਼ਹਿਰ ਦੇ ਮੁਖਲੀ ਦਫ਼ਤਰ ਨੇ ਉੱਥੇ ਜਾ ਕੇ ਅਪਲਾਈ ਕਰ ਸਕਦੇ ਹੋ ਹੈ ਇਸ ਦਾ ਟਾਈਮ ਕਿੰਨਾ ਲੱਗਦਾ ਇਹ ਨਾਰਮਲੀ 3 ਮਹੀਨੇ ਦਾ ਪ੍ਰੋਸੈਸ ਹੁੰਦਾ ਹੈ ਹੋਰ 10 ਮਹੀਨੇ ਦੇ ਅੰਦਰ ਅੰਦਰ ਉਸਨੂੰ ਸਾਲਵ ਕਰਨ ਦਾ ਕੰਪੀਟੈਂਟ ਅਥਾਰਟिटीज ਨੇ ਕਿ ਇਹ ਇਹ ਇਸ ਬੰਦੇ ਦੇ ਪਦਰਨਾਮੇ ਤੋਂ ਕਰਨੀ ਕਰਨੀ ਆ ਠੀਕ ਹੈ ਜੀ ਹੋ ਜਾਏਗੀ ਤੇ ਮੁਤਲਕਾ ਫਰਯੁੰਤਾ ਮੈਂ ਤੋਂ ਜਿਹੜੀ ਹੈ ਉਹ ਨੋਟੀਫਾਈ ਪਦਰਨਾਮੇ ਤੋਂ ਕਰ ਦੇਗੀ ਆ ਠੀਕ ਹੈ ਜੀ ਆ ओरिजिनल ਪਾਸਪੋਰਟ ਹੋਣਾ ਚਾਹੀਦਾ ਹੈ ਦੇ ਵਾਸਤੇ ਆ ਕਿ ਜਦੋਂ ਤੁਸੀਂ ਹੇ ਪਰ ਜੇ ਤੁਹਾਨੂੰ ਕਰਾਣਾ ਚਾਹੋ ਤੁਹਾਡੇ ओरिजिनल ਪਾਸਪੋਰਟ ਹੋਵੇ ਹੈ ਇਹ ਆਨਲਾਈਨ ਵੀ ਕਰਾ ਸਕਦੇ ਹੋ ਲੇਕਿਨ ਆਨਲਾਈਨ ਵੀ ਜਿਹੜੇ ਨਵੇਂ ਸਾਡੇ ਇਲੀਗਲ ਹੁੰਦੇ ਲੋ ਨਹੀਂ ਕਰਾ ਸਕਦੇ ਕਿਉਂਕਿ ਉਹਨਾਂ ਵਾਸਤੇ ਵੀ ਉਹਨਾਂ ਨੇ ਅਗੈਂਟਿਟੀ ਵੈਰੀਫਿਕੇਸ਼ਨ ਦੇ ਵਾਸਤੇ ਮੋਟਲਫ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪਹਿਲੇ ਕਰਾਈਆਂ ਹੁੰਨ ਤੇ ਉਹ ਹੀ ਕੰਮ ਆਉਂਦੀਆਂ ਨੇ ਇਸ ਗੱਲੇ ਹੈ ਇਲੀਗਲ ਜਿਹੜੇ ਲੋਕ ਹੁੰਦੇ ਨੇ ਉਹਨਾਂ ਵਾਸਤੇ ਪ੍ਰੈਸੈਂਸ਼ੀਅਲੀ ਮੇਨਿਕ ਮੌਜੂਦ ਹੋਣਾ ਹੀ ਲਾਜ਼ਮੀ ਹੁੰਦਾ ਹੈ ਨਾਰਮਲੀ ਤੌਰ ਤੇ ਇੱਕ ਗੱਲ ਹੋਰ ਯਾਦ ਰੱਖਣੀ ਚਾਹੀਦੀ ਹੈ ਕਿ ਸਪੈਨ ਦੇ ਵਿੱਚ ਕੋਈ ਵੀ ਪਦਰਨਾਮਾ ਮੈਂਤ ਹੋਵੇ ਉਹ 2 ਸਾਲ ਚਲਦੀ ਹੈ 2 ਸਾਲ ਬਾਅਦ ਉਸ ਨੂੰ ਰੀਨਿਊ ਕਰਾਉਣਾ ਹੁੰਦਾ ਹੈ ਜਿੰਨਾ ਚਿਰ ਬੰਦੇ ਕੋਲ ਪਰਮਾਨੈਂਟ ਕਾਰਡ ਨਹੀਂ ਹੁੰਦਾ ਜਾਂ ਬੰਦਾ ਸਪੈਨਿਸ਼ ਨੈਸ਼ਨਲ ਨਹੀਂ ਹੁੰਦਾ ਜਾਂ ਇੱਥੇ ਦਾ ਪਰਮਾਨੈਂਟ ਕਾਰਡ ਨਹੀਂ ਮਿਲਦਾ ਉਲਟਾ ਹਰ 2 ਸਾਲ ਬਾਅਦ ਜਾ ਕੇ ਉਸ ਨੂੰ ਰੀਨਿਊ ਕਰਾਉਣਾ ਹੁੰਦਾ ਠੀਕ ਹੈ ਜੀ ਇਹ ਛੋਟਾ ਜਿਹਾ ਪ੍ਰੋਸੀਜਰ ਹੈ ਲੈਡ ਕਰਾਸ ਦਾ ਕਿ ਤੁਸੀਂ ਨਾ ਕੋ ਅਪਾਇੰਟਮੈਂਟ ਲੈ ਕੇ ਚਲੇ ਜਾਣਾ ਦਫ਼ਤਰ ਉਹਨਾਂ ਦੇ ਆ ਜਾਂ ਕਿ ਕੇ ਸਪਲਾਈ ਕਰਤੇ ਨੇ ਉਸ ਤੋਂ ਬਾਅਦ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਦਾ ਫੈਸਲਾ ਆ ਜਾਏਗਾ ਠੀਕ ਹੈ ਜੀ ਹੁਣ ਬੈਸਟ ਕਿਹੜੀ ਚੀਜ਼ ਹੁੰਦੀ ਹੈ ਹਮੇਸ਼ਾ ਬੈਸਟ ਤੇ ਆਪਣੀ ਹੁੰਦੀ ਹੈ ਠੀਕ ਹੈ ਜੀ ਅਗਰ ਤੁਸੀਂ ਆਪਣੇ ਮਕਾਨ ਤੇ ਕਰਾਈ ਹੈ ਜਾਂ ਕਿਸੇ ਦੋਸਤ ਦੇ ਮਕਾਨ ਤੇ ਕਰਾਈ ਹੈ ਲੇਕਿਨ ਮਸਲਾ ਇਸ਼ੂ ਹੈ ਕਿ ਬਾਸਲਨਾ ਚ ਬਹੁਤ ਮੁਸ਼ਕਲ ਹੈ ਬਾਸਲਨਾ ਚ ਟਫ ਹੈ ਕਿਉਂਕਿ ਇੱਥੇ ਬਥੋੜੇ ਮਕਾਨ ਨੇ ਇੱਕ ਇੱਕ ਮਕਾਨ ਦਾ ਜ਼ਿਆਦਾ ਬੰਦੇ ਰੈਂਡ ਲੈਣੇ ਆਂ ਔਰ ਬੰਦੇ ਫੈਮਿਲੀਆ ਵਾਲੇ ਵੀ ਕਈ ਹੁੰਦੇ ਨੇ ਆ ਠੀਕ ਹੈ ਜੀ ਫਿਰ ਉੱਪਰੋਂ ਦਾ ਮੈਨੂੰ ਤਾਂ ਮੁਸ਼ਕਲ ਹੋ ਜਾਂਦੀ ਹੈ ਤੇ ਉਹ ਫਿਰ ਲੋਕੀ ਫਿਰ ਰੈੱਡ ਕਰਾ ਸੀ ਪ੍ਰੇਫਰ ਕਰਦੇ ਨੇ ਤਾਂ ਕਿ ਇੱਕ ਕੁਲ ਕਰਾਈ ਆ ਦੋ ਚਾਰ ਮਹੀਨੇ ਚੱਲੀ ਕਤੀ ਗਈ ਤੇ ਫਿਰ ਉਹਨਾਂ ਦਾ ਬੜਾ ਨੁਕਸਾਨ ਹੁੰਦਾ ਹੈ ਨਾ ਤੇ ਇਸੇ ਵਾਸਤੇ ਜਿਹੜੇ ਲੋਕ ਤੇ ਬਾਰਸੀਲੋਨਾ ਚ ਜਾਂ ਇਸ ਤੇ ਮੇਟਰ ਪੋਲੀਟਾਨੀਆ ਚ ਰਹਿ ਰਹੇ ਨੇ ਹੈ ਉਹ ਗਰ ਮ ਅਗਲ ਨਕਾ ਆਪਣਾ ਜਾਤੀ ਮਕਾਨ ਨਹੀਂ ਹੈ ਜਾਂ ਆਪਣਾ ਥੈਂਟਿਕ ਜਗਾ ਨਹੀਂ ਹੈ ਤੁਹਾਨੂੰ ਬਿਹਤਰ ਰੈਡ ਕਰਾਸਤੀ ਕਰਾ ਲੈਣੀ ਚਾਹੀਦੀ ਹੈ ਤਾਂ ਕਿ ਇਹ ਦੋਸ ਬਲੋਸ ਦਾ ਮਸਲਾ ਨਾ ਪਵੇ ਤੇ ਜਿਹੜੇ ਲੋਕ 사이ਡ ਲੜ ਗਸਤੇ ਰਹ ਰਹੇ ਨੇ 사이ਡਾਂ ਦੇ ਪਿੰਨਾਂ ਤੇ ਜਿਆਦਾ ਥਾਵਾਂ ਤੇ ਰਹ ਰਹੇ ਨੇ ਕਿਹੜੇ ਕਬਾਬਾਂ ਦੇ ਕੰਮ ਕਰਦੇ ਦੂਜੇ ਛੋਟੇ ਸ਼ਹਿਰਾਂ ਚ ਰਹ ਰਹੇ ਨੇ ਹੈ ਤੇ ਉੱਥੇ ਤੇ ਤਕਰੀਬਨ ਹਰ ਕਬਾਬ ਵਾਲੇ ਨੇ ਵੀ ਆਪਣਾ ਮਕਾਨ ਰੱਖਿਆ ਤੇ ਉਹ ਬਿਹਤਰ ਹੈ ਹੁੰਦਾ ਕਿ ਉਹ ਆਪਣੀ ਕਰਾ ਲੈਣੀ ਚਾਹੀਦੀ ਜਿੱਥੇ ਹੋਵੇ ਅਗਰ ਤੁਹਾਨੂੰ ਸ਼ਹਿਰ ਛੱਡੋ ਤੇ ਫਿਰ ਦੂਜੀ ਜਗ੍ਹਾ ਚਾਹੋ ਤੇ ਉੱਥੇ ਉਸ ਨੂੰ ਚੇਂਜ ਕਰਾ ਲਓ ਠੀਕ ਹੈ ਜੀ ਨਾ ਇਹ ਤੁਹਾਡੇ ਬਸ ਆਸਾਨ ਰਹੇ ਬਾਕੀ ਕਿਉਂਕਿ ਅਗਰ ਤੁਸੀਂ ਉਹ ਇੱਕ ਮੁਤਲਕਾ ਸਿਟਚ ਰੈਡ ਕਰਾਸ ਤੇ ਬਣਾਉਂਦੇ ਹੋ ਤੇ ਫਿਰ ਤੁਸੀਂ ਜਦੋਂ ਸ਼ਹਿਰ ਛੱਡੋਗੇ ਉਸ ਦਾ ਨੋਟੀਫਿਕੇਸ਼ਨ ਵਗੈਰਾ ਤੁਹਾਨੂੰ ਪ੍ਰੋਬਲਮ ਆਏਗੀ ਹੈ ਠੀਕ ਹੈ ਜੀ ਨਾ ਬਾਕੀ ਹਰ ਬੰਦਾ ਬੇਤਰ ਸਮਝਦਾ ਹੈ ਬਾਕੀ ਜਿੱਥੇ ਵੀ ਰਹੋ ਜੀਮ ਤੇ ਵਸਤੇ ਰਹੋ ਅੱਲਾ ਸਭ ਦਾ ਹਾਮੀ ਨਾਸਰ ਰਵੇ ਟੇਕ ਕੇ ਰੱਖ ਅੱਲਾ ਹਾਫਿਜ਼